ਕਾਂਗਰਸ ਸੇਵਾ ਦਲ ਪੰਜਾਬ ਦਾ 3 ਦਿਨਾਂ ਰਾਜ ਪੱਧਰੀ ਟ੍ਰੇਨਿੰਗ ਕੈਂਪ ਸ਼ੁਰੂ। ਅੱਜ ਤੋਂ ਸਾਈਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਵਿਖੇ ਕਾਂਗਰਸ ਸੇਵਾ ਦਲ ਪੰਜਾਬ ਦਾ 3 ਦਿਨਾਂ ਰਾਜ ਪੱਧਰੀ ਟ੍ਰੇਨਿੰਗ ਕੈਂਪ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਕਾਂਗਰਸ ਸੇਵਾ ਦਲ ਪੰਜਾਬ ਮਾਮਲਿਆਂ ਦੇ ਪ੍ਰਭਾਵੀ ਬਲਵਿੰਦਰ ਸਿੰਘ ਸਮਿਆਲ ਨੇ ਕੀਤਾ, ਜਦਕਿ ਕੈਂਪ ਦੀ ਪ੍ਰਧਾਨਗੀ ਕਾਂਗਰਸ ਸੇਵਾ ਦਲ ਪੰਜਾਬ ਦੇ ਪ੍ਰਧਾਨ ਨਿਰਮਲ ਕੈੜਾ ਨੇ ਕੀਤੀ। ਕੈਂਪ ਲਗਾਉਣ ਦਾ ਮੁੱਖ ਮਕਸਦ ਵਰਕਰਾਂ ਨੂੰ ਪਾਰਟੀ ਦੇ ਇਤਿਹਾਸ ਤੋਂ ਜਾਣੂ ਕਰਵਾਉਣ, ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਬੂਥ ਪੱਧਰ ਤੋਂ ਤਿਆਰ ਕਰਨ ਦੇ ਨਾਲ ਨਾਲ ਮੋਦੀ ਸਰਕਾਰ ਦੀਆਂ ਜਨ ਅਤੇ ਦੇਸ਼ ਵਿਰੋਧੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾ ਚੱਲਦਾ ਕਰਨਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਪਕ ਮੰਨਣ, ਸਰਿਤਾ ਚੰਦੇਲ, ਅਸ਼ੋਕ ਜੈਨ, ਕ੍ਰਾਂਤੀਕਾਰੀ ਤਿਲਕ ਰਾਜ ਸੋਨੂੰ ਨੇ ਕਿਹਾ ਹੈ ਕਿ ਪਾਰਟੀ ਦੇ ਸਮੁੱਚੇ ਵਰਕਰ ਕੈਂਪ ਦੀ ਸਮਾਪਤੀ ਤੋਂ ਬਾਅਦ ਬਲਾਕ ਪੱਧਰ 'ਤੇ ਸ਼੍ਰੀ ਰਾਹੁਲ ਗਾਂਧੀ ਦੀ ਉਸਾਰੂ ਸੋਚ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ। ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਵੱਲੋਂ ਰਾਜ ਪੱਧਰੀ 3 ਦਿਨ ਦਾ ਟ੍ਰੇਨਿੰਗ ਕੈਂਪ ਲਗਾਇਆ ਗਿਆ, ਜੋ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੇ ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਪ੍ਰੈਜੀਡੈਂਟ ਲਾਲਜੀ ਦੇਸਾਈ ਜੀ ਦੇ ਹੁਕਮਾਂ ਅਨੁਸਾਰ ਹਰ ਸਟੇਟ ਦੇ ਵਿੱਚ ਕੈਂਪ ਲੱਗ ਰਹੇ ਨੇ। ਅੱਜ ਲੁਧਿਆਣੇ ਦੇ ਵਿੱਚ ਸਟੇਟ ਲੈਵਲ ਦਾ ਕੰਮ ਕੀਤਾ ਗਿਆ, ਜਿਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ, ਹਰ ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਯੰਗ ਬ੍ਰਿਗੇਡ ਦੇ ਵੀ, ਮਹਿਲਾ ਕਾਂਗਰਸ ਦੇ ਅਤੇ ਕਾਂਗਰਸ ਸੇਵਾ ਦਲ ਦੇ ਕਾਰਜਕਰਤਾ ਪਹੁੰਚੇ ਨੇ। ਉਹਦੇ ਵਿੱਚ ਜੋ ਕਾਂਗਰਸ ਪਾਰਟੀ ਦਾ ਇਤਿਹਾਸ ਆ, ਜੋ ਕਾਂਗਰਸ ਸੇਵਾ ਦਲ ਦਾ ਇਤਿਹਾਸ ਆ, ਉਹਦੇ ਬਾਰੇ ਸਾਡੇ ਜਿੰਨੇ ਵੀ ਕਾਰਜਕਰਤਾ ਨੇ ਉਹਨਾਂ ਨੂੰ ਜਾਣੂ ਕਰਾਇਆ ਜਾਣਾ, ਕਿਉਂਕਿ ਜੋ ਬੀਜੇਪੀ ਸਾਡੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹਨਾਂ ਦਾ ਨਾਰਾ ਸੀ, ਹਰ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਜਾਏਗਾ ਜੇ ਬੀਜੇਪੀ ਸਰਕਾਰ ਬਣੇ, ਇੱਕ ਵੀ ਕਿਸਾਨ ਦਾ ਕਰਜ਼ਾ ਮਾਫ਼ ਨਹੀਂ ਕੀਤਾ ਗਿਆ। ਅੱਜ ਵੀ ਉਸੇ ਜਗ੍ਹਾ 'ਤੇ ਖੜ੍ਹੇ ਆ ਕਿਸਾਨ ਲੋਕ, ਇੰਡਸਟਰੀਅਲ ਲੋਕ, ਜੋ ਪਹਿਲੇ ਸੀ। ਜੋ ਨੋਟਬੰਦੀ ਦਾ ਮਾੜਾ ਹਾਲ ਰਿਹਾ, ਰਾਤੋ ਰਾਤ ਜੋ ਨਰਿੰਦਰ ਮੋਦੀ ਜੀ ਨੇ ਆਪਣਾ ਫਰਮਾਨ ਜਾਰੀ ਕੀਤਾ, ਜੋ ਤੁਹਾਡੀ ਜੇਬ 'ਚ ਤੁਹਾਡੀ ਹੱਥ ਦੇ ਵਿੱਚ 500 ਦਾ ਨੋਟ ਆ, ਉਹ ਕਾਗਜ਼ ਦਾ ਟੁਕੜਾ, ਉਹਦੇ ਬਾਰੇ ਕਾਂਗਰਸ ਸੇਵਾ ਦਲ ਦੇ ਕਾਰਜਕਰਤਾ ਨੂੰ ਤਿਆਰ ਕੀਤਾ ਜਾ ਰਿਹਾ ਵੀ ਘਰ ਘਰ ਜਾ ਕੇ ਉਹਨਾਂ ਨੂੰ ਪੁੱਛਣ ਦੀ ਲੋੜ ਆ, ਲੋਕਾਂ ਨੂੰ ਦੱਸਣ ਦੀ ਲੋੜ ਆ। ਮੈਂ ਤਾਂ ਸਭ ਤੋਂ ਪਹਿਲਾਂ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਜਿਹੜੀ ਕਾਂਗਰਸ ਸੇਵਾ ਦਲ ਆ ਉਹਦੀ ਹੋਂਦ ਨੂੰ ਪਛਾਣਦੇ ਹੋਏ, ਉਹਦੇ ਰੋਲ ਨੂੰ ਪਛਾਣਦੇ ਹੋਏ ਉਹਨਾਂ ਨੇ ਬਹੁਤ ਹੀ ਮਿਹਨਤੀ ਸੂਝਵਾਨ ਸ਼੍ਰੀ ਰਾਜੀਵ ਦੇਸਾਈ ਜੀ ਨੂੰ ਰਾਸ਼ਟਰੀ ਕਾਂਗਰਸ ਸੇਵਾ ਦਲ ਦਾ ਪ੍ਰਧਾਨ ਬਣਾਇਆ, ਅਤੇ ਉਹਨਾਂ ਨੇ ਵੀ ਆਪਣੀ ਮਿਹਨਤ ਦੇ ਨਾਲ, ਲਗਨ ਦੇ ਨਾਲ ਲਗਾਤਾਰ ਹੀ ਭ੍ਰਮਣ ਕਰਕੇ, ਯਾਨੀ ਕਿ ਹਰੇਕ ਸਟੇਟ ਦੇ ਵਿੱਚੋਂ ਜਿਹੜੇ ਸੂਝਵਾਨ ਮਿਹਨਤੀ ਉਹਨਾਂ ਨੂੰ ਆਪਣਾ ਕਾਂਗਰਸ ਸਟੇਟ ਵਗੈਰਾ ਪ੍ਰੈਜੀਡੈਂਟ ਬਣਾਇਆ, ਅਤੇ ਜਿਨ੍ਹਾਂ ਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਨਿਰਮਲ ਸਿੰਘ ਕੈੜਾ ਜੀ, ਉਹ ਵੀ ਲਗਾਤਾਰ ਮਿਹਨਤ ਕਰ ਰਹੇ ਨੇ, ਅਤੇ ਉਹਨਾਂ ਦੀ ਇਹਨਾਂ ਸਾਰੀ ਟੀਮ ਦੀ ਬਦੌਲਤ ਕਾਂਗਰਸ ਸੇਵਾ ਦਲ ਦਾ ਰੋਲ ਆਪਣੇ ਸਾਡੇ ਅਹੁਦੇਦਾਰਾਂ ਨੂੰ ਦੱਸਣ ਵਾਸਤੇ, ਵਰਕਰਾਂ ਨੂੰ ਦੱਸਣ ਵਾਸਤੇ ਇੱਕ 3 ਦਿਨਾਂ ਸ਼ਿਵਰ ਦਾ ਪ੍ਰਬੰਧ ਕੀਤਾ। ਅੱਜ ਇਹ ਸ਼ਿਵਰ ਜਿਹੜਾ ਆ ਪੰਜਾਬ ਦੇ ਵਿੱਚ ਸਾਈਂ ਬਾਬਾ ਸਿੰਘ ਸੈਕੰਡਰੀ ਸਕੂਲ ਬਰੋਟਾ ਤੋਂ ਨਿਊ ਸ਼ਿਮਲਾਪਤੀ ਵਿਖੇ ਮੇਰੇ ਡਾਕਟਰ ਦੀਪਕ ਮੰਨਣ, ਜ਼ਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰ ਦੀ ਅਗਵਾਈ ਵਿੱਚ ਲੱਗ ਗਿਆ। ਜੇ ਜੋ ਹਮਾਰਾ ਕਾਂਗਰਸ ਸੇਵਾ ਦਲ ਕਾ 3 ਦਿਵਸੀਯ ਸ਼ਿਵਰ ਹੈ, ਅੱਜ ਲੁਧਿਆਣਾ ਕੇ ਅੰਦਰ ਲਗਾ ਹੈ, ਪ੍ਰਦੇਸ਼ ਲੈਵਲ ਕਾ ਜੇ ਸ਼ਿਵਰ ਹੈ ਹਮਾਰਾ। ਪ੍ਰਤੀਕ ਜ਼ਿਲ੍ਹੇ ਸੇ ਹਮਾਰੇ ਜਹਾਂ 10-10 ਲੋਕ ਆਏ ਹੈ, ਉਸਮੇ ਮੇਲ ਫੀਮੇਲ। ਇਸਕਾ ਇੱਕ ਹੀ ਲਕਸ਼ ਹੈ ਕਿ ਆਉਣੇ ਵਾਲੀ ਜੇ ਜੋ ਇਲੈਕਸ਼ਨ ਹੈ ਪਾਰਲੀਮੈਂਟ ਕੀ, ਕੈਡਰ ਕੋ ਤਿਆਰ ਕਰਨਾ, ਬੂਥ ਲੈਵਲ ਪੇ ਉਨਕੋ ਤੈਨਾਤ ਕਰਨਾ, ਉਨਕੋ ਪੋਲੀਟੀਕਲੀ, ਸੋਸ਼ਲੀ ਔਰ ਫਿਜ਼ੀਕਲੀ ਔਰ ਹਰ ਤਰ੍ਹਾਂ ਸੇ ਉਨਕੋ ਸਕਸ਼ਮ ਬਣਾਉਣਾ, ਕੈਂਪ ਕਾ ਜੇ ਉਦੇਸ਼ਯ ਹੈ। ਸ਼ਿਵਰ ਕੇ ਅੰਦਰ ਆਪਨੇ ਦੇਖਾ ਹੋਗਾ, ਇਸਮੇ ਕੋਈ ਸਮੋਕਿੰਗ ਨਹੀਂ, ਕੋਈ ਸ਼ਰਾਬ ਨਹੀਂ, ਕੋਈ ਨਸ਼ਾ ਨਹੀਂ, ਕੋਈ ਚੁਟਕੀ ਨਹੀਂ, ਜੇ ਸਾਰੀ ਤੰਦਰੁਸਤ ਬਣਾਉਣਾ ਇਨਕੋ, ਦਿਮਾਗੀ ਇਨਕੋ ਤਿਆਰ ਕਰਨਾ, ਸੋਸ਼ਲੀ ਤਿਆਰ ਕਰਨਾ, ਪੋਲੀਟੀਕਲੀ ਤਿਆਰ ਕਰਨਾ, ਹਰ ਤਰ੍ਹਾਂ ਸੇ ਸਕਸ਼ਮ ਬਣਾਉਣਾ,
जब इनकी सेहत होगी तो ये कुछ सोचेंगे, काम करेंगे। और जहां आपने देखा दूसरी तरफ जो कैंप लगते हैं आरएसएस के, वहां फीमेल या किसी और धर्म की जाति के लोग नहीं होते, पर्टिकुलर एक ही जात के लोग होते हैं। हमारे यहां हिंदू है, मुसलमान है, सिख है, ईसाई है, हमारी बहनें हैं, महिला शक्ति है, नौजवान है। तो ये कैंप में सीख के जाएंगे अपने इलाके में और जिला लेवल पर कैंप लगाएंगे जाकर इसके बाद। लुधियाना तो गुरमीत निजर की रिपोर्ट, कैमरामैन विकास के नाल, फॉक्स डॉट पंजाबी, योर सिटी योर न्यूज़।